ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਗੁਰਾਇਆਂ ਦੇ ਵਾਰਡ ਨੰਬਰ 7 ਵਿੱਚ ਵਾਰਡ ਕੌਂਸਲਰ ਅੰਜੂ ਅਟਵਾਲ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕੀਤਾ ਗਿਆ, ਜਿਸ ਵਿੱਚ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਾਰਡ ਦੇ ਵੱਖ ਵੱਖ ਮੁਹੱਲਿਆਂ ਵਿੱਚ ਜਾ ਕੇ ਵੋਟਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੇ ਹਰ ਵਰਗ ਦਾ ਕਚੂੰਬਰ ਕੱਟ ਕੇ ਰੱਖ ਦਿੱਤਾ ਹੈ ਅਤੇ ਹੁਣ ਲੋਕ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਮੌਕੇ ਬੋਲਦਿਆਂ ਕੌਂਸਲਰ ਅੰਜੂ ਅਟਵਾਲ ਅਤੇ ਕਾਂਗਰਸ ਪਾਰਟੀ ਦੇ ਸ਼ਹਿਰੀ ਵਾਈਸ ਪ੍ਰਧਾਨ ਸੰਜੇ ਅਟਵਾਲ ਨੇ ਵਾਰਡ ਦੇ ਸਮੂਹ ਵੋਟਰਾਂ ਨੂੰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵਾਰਡ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਆਪਣਾ ਇੱਕ ਇੱਕ ਕੀਮਤੀ ਵੋਟ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਪਾ ਕੇ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ। ਚੋਣ ਪ੍ਰਚਾਰ ਦੀ ਮੁਹਿੰਮ ਆਪਣੇ ਸ਼ਿਖਰ 'ਤੇ ਹੈ ਔਰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ, ਕਿਉਂਕਿ ਗੁਰਾਇਆ ਜਾਂ ਫਲੌਰ ਇਹ ਸਾਡੀ ਇੱਕ ਪੁਸ਼ਤੈਨੀ ਜਿਹੜੀ ਕੌਂਸਟੀਚੁਐਂਸੀ ਹੈ, ਜਿਸ ਨੂੰ ਕਰੀਬ 3 ਦਹਾਕਿਆਂ ਤੋਂ ਸਾਡਾ ਪਰਿਵਾਰ ਸੇਵਾ ਕਰ ਰਿਹਾ, ਪਹਿਲਾਂ ਚੌਧਰੀ ਸਾਹਿਬ ਔਰ ਹੁਣ ਵਿਕਰਮਜੀਤ ਸਿੰਘ ਚੌਧਰੀ, ਔਰ ਅਸੀਂ ਸਾਰਾ ਪਰਿਵਾਰ ਲੋਰ ਹਲਕੇ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨ ਔਰ ਇਹਨਾਂ ਦੇ ਵਿੱਚ ਆ ਕੇ ਇਹ ਨਹੀਂ ਲੱਗਿਆ ਕਿ ਅੱਜ ਸਿਰਫ ਇਲੈਕਸ਼ਨ ਹੈ ਤਾਂ ਅਸੀਂ ਨਹੀਂ, ਕਿਉਂਕਿ ਪਿਛਲੇ 5 ਸਾਲਾਂ ਤੋਂ ਚੌਧਰੀ ਸਾਹਿਬ ਆਪਣੇ ਹਲਕੇ ਦੇ ਵਿੱਚ ਇੱਕ ਇਲੈਕਸ਼ਨ ਮੋਡ 'ਚ ਹੀ ਰਹੇ ਨੇ। ਸੋ ਭਰਮਾ ਹੁੰਗਾਰਾ ਔਰ ਖਾਸ ਤੌਰ 'ਤੇ ਮਹਿਲਾਵਾਂ ਦਾ ਬਹੁਤ ਹੀ ਭਰਪੂਰ ਜਿਹੜੀ ਸਪੋਰਟ ਹੈ ਉਹ ਮਿਲਦੀ ਹੈ, ਜਿਨ੍ਹਾਂ ਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਇਹ ਸਾਰਿਆਂ ਦਾ ਇੱਕ ਮਨ ਬਣਾਇਆ ਹੋਇਆ ਹੈ ਕਿ ਆਉਣ ਵਾਲੀ 19 ਤਰੀਕ ਨੂੰ 19 ਮਈ ਨੂੰ ਇਹ ਸਾਰੇ ਜਣੇ ਆਪਣਾ ਕੀਮਤੀ ਵੋਟ ਕਾਂਗਰਸ ਨੂੰ ਦੇ ਕੇ ਰਾਹੁਲ ਗਾਂਧੀ ਜੀ ਦੀ ਰਹਿਨੁਮਾਈ 'ਚ ਦੇਸ਼ 'ਚ ਇੱਕ ਸੱਚੀ ਸੁੱਚੀ ਔਰ ਸੱਚ ਬੋਲਣ ਵਾਲੀ ਜੋ ਸਰਕਾਰ ਹੈ ਉਹ ਬਣਾਉਣ ਜਾ ਰਹੀ ਹੈ ਔਰ ਸਾਨੂੰ ਸਾਰਿਆਂ ਨੇ ਇਹਨਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ ਔਰ ਅਸੀਂ ਇਹਨਾਂ ਨੂੰ ਤਹਿ ਦਿਲ ਨਾਲ ਧੰਨਵਾਦ ਕਹਿੰਦੇ ਹਾਂ। ਕੌਂਸਲਰ ਵਾਰਡ ਨੰਬਰ 7 ਤੋਂ ਅੱਜ ਸਾਡੇ ਵਾਰਡ ਵਿੱਚ ਮੀਟਿੰਗਾਂ ਹੋਈਆਂ, ਜਿਸ ਵਿੱਚ ਮੈਡਮ ਕਰਮਜੀਤ ਕੌਰ ਜੀ ਉਹਨਾਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੂੰ ਵੋਟ ਪਾਉਣ ਅਤੇ ਚੌਧਰੀ ਸੰਤੋਖ ਸਿੰਘ ਜੀ ਨੂੰ ਕਾਮਯਾਬ ਕਰਨ, ਅਤੇ ਇਹ ਅਪੀਲ ਮੈਂ ਆਪਣੇ ਵਾਰਡ ਦੇ ਸਾਰੇ ਵੋਟਰਾਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਵੀ ਆਪਣੇ ਇੱਕ ਵੋਟ ਦਾ 19 ਮਈ ਨੂੰ ਇੱਕ ਇੱਕ ਵੋਟ ਆਪਣੇ ਆ ਜੋ ਵੀ ਕਾਂਗਰਸ ਦੇ ਹੱਕ ਵਿੱਚ ਪਾਓ ਅਤੇ ਚੌਧਰੀ ਸੰਤੋਖ ਸਿੰਘ ਜੀ ਨੂੰ ਕਾਮਯਾਬ ਕਰੋ। ਮੈਂ ਆਪਣੇ ਵੋਟਰਾਂ ਦਾ ਵਾਰਡ ਨੰਬਰ 7 ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਕੌਂਸਲਰ ਬਣਾਇਆ, ਅਤੇ ਮੈਂ ਹੱਥ ਜੋੜ ਕੇ ਅਪੀਲ ਕਰਦੀ ਹਾਂ ਵੀ ਇਸੇ ਤਰ੍ਹਾਂ ਆਪਾਂ ਚੌਧਰੀ ਸੰਤੋਖ ਸਿੰਘ ਜੀ ਨੂੰ ਵੀ ਜਿਤਾਉਣਾ ਅਤੇ ਆਪਣੀ 19 ਮਈ ਨੂੰ ਇੱਕ ਵੋਟ ਆਪਾਂ ਕਾਂਗਰਸ ਨੂੰ ਪਾਉਣਾ। ਅੱਜ ਵਾਰਡ ਨੰਬਰ 7 ਵਿੱਚ ਵੱਖ ਵੱਖ ਥਾਵਾਂ 'ਤੇ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ, ਜੋ ਅੱਜ ਸ਼੍ਰੀਮਤੀ ਮੈਡਮ ਚੌਧਰੀ ਜੀ ਆਏ ਹੋਏ ਆ ਸਾਡੀ ਕਾਂਗਰਸ ਪਾਰਟੀ ਦੀ ਕੰਪੇਨਿੰਗ ਕਰਨ ਲਈ। ਮੈਂ ਵੋਟਰਾਂ ਨੂੰ ਅਪੀਲ ਕਰਦਾ ਹਾਂ
ਕਿ ਚੌਧਰੀ ਸਾਹਿਬ ਨੂੰ ਦੁਬਾਰਾ ਲੋਕ ਸਭਾ ਵਿੱਚ ਭੇਜੋ। ਮੈਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਦਾ ਜੋ ਸਾਡੇ ਵਾਰਡ ਦੇ ਵੋਟਰਾਂ ਨੂੰ ਮਿਲੇ ਅਤੇ ਉਹਨਾਂ ਦੀ ਸਮੱਸਿਆ ਵੀ ਸੁਣੀ ਅਤੇ ਸਾਡੇ ਵੋਟਰਾਂ 'ਚ ਵੀ ਬਹੁਤ ਉਤਸ਼ਾਹ ਆ ਕਿ ਕਾਂਗਰਸ ਪਾਰਟੀ ਨੂੰ ਅਸੀਂ ਵੋਟ ਪਾ ਕੇ ਵੱਧ ਤੋਂ ਵੱਧ ਲੀਡ ਦਵਾ ਕੇ ਜਿਤਾਈਏ। ਮੈਂ ਵਾਰਡ ਨੰਬਰ 7 ਗੁਰਾਇਆ ਤੋਂ ਬੋਲ ਰਹੀ ਹਾਂ। ਅੱਜ ਸਾਡੇ ਸ਼ਹਿਰ ਵਿੱਚ ਚੌਧਰੀ ਸੰਤੋਖ ਸਿੰਘ ਦੀ ਮਿਸਿਸ ਕਮਲ ਜੀ ਕਰਮਜੀਤ ਕੌਰ ਜੀ ਆਏ ਸੀਗੇ, ਜਿਹਦੇ 'ਚ ਵੱਧ ਤੋਂ ਵੱਧ ਇਕੱਠ 'ਚ ਲੇਡੀਜ਼ ਇਕੱਠੀਆਂ ਹੋਈਆਂ ਔਰ ਉਹਨਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੀਆਂ ਚੋਣਾਂ 'ਚੋਂ 19 ਮਈ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਇਹਨਾਂ ਨੂੰ ਜਿਤਾਇਆ ਜਾਏਗਾ।